ਪਟਿਆਲਾ ਦੇ ਸੈਫਦੀਪੁਰ ਵਿਖੇ ਗੂੰਗੇ ਬਹਿਰੇ ਅਤੇ ਨੇਤਰਹੀਣ ਬੱਚਿਆਂ ਦੇ ਸਕੂਲ ਵਿੱਚ 50ਵੀਂ ਗੋਲਡਨ ਜੁਬਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਨੇਤਰਹੀਣ ਅਤੇ ਗੂੰਗੇ ਬਹਿਰੇ ਬੱਚਿਆਂ ਨੇ ਗਿੱਧਾ ਭੰਗੜਾ ਆਦਿ ਰੰਗਾਰੰਗ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਤੇ ਡਾਕਟਰ ਇੰਦਰਜੀਤ ਕੌਰ, ਪ੍ਰਧਾਨ ਪਿੰਗਲਾ ਆਸ਼ਰਮ ਅੰਮ੍ਰਿਤਸਰ, ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਦੇ ਸੰਚਾਲਕ ਨੇ ਦੱਸਿਆ ਕਿ ਇਹ ਸਕੂਲ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਚਲਾਇਆ ਜਾਂਦਾ ਹੈ, ਜਿਸ ਵਿੱਚ ਸਰਕਾਰ ਵੱਲੋਂ ਨਾ ਮਾਤਰ ਸਹਿਯੋਗ ਹੀ ਮਿਲ ਰਿਹਾ ਹੈ। ਸਾਡੀ ਜਿਹੜੀ ਸੋਚ, ਸਾਡਾ ਵਿਜ਼ਨ ਸੀ, ਇਹ ਸੀਗਾ ਕਿ ਇਹ ਬੱਚੇ ਜਿਹੜੇ ਜਦੋਂ ਸਾਨੂੰ ਆਉਂਦੇ ਹਨ, ਮਾਂ ਪਿਓ ਸਾਨੂੰ ਕਹਿੰਦੇ ਹਨ ਕਿ ਇਹ ਤਾਂ ਰੱਬ ਦੀ ਮਾਰ ਹੈ, ਇਹ ਤਾਂ ਸਾਨੂੰ ਵਿਗਾੜ ਪਾਈ ਹੈ ਰੱਬ ਨੇ, ਔਰ ਇਹ ਬੱਚੇ ਤੁਸੀਂ ਸੰਭਾਲੋ, ਪਰ ਅਸੀਂ ਉਹ ਚੀਜ਼ ਨੂੰ ਬਦਲਣ ਦੇ ਲਈ ਇਹਨਾਂ ਬੱਚਿਆਂ ਨੂੰ ਇੱਕ ਇਹੋ ਜਿਹਾ ਸ਼ਾਨਦਾਰ ਇੱਥੇ ਇੰਸਟੀਟਿਊਸ਼ਨ ਬਣਾ ਕੇ ਦਿੱਤਾ ਹੈ, ਜਿਹਦੇ ਨਾਲ ਕਿ ਉਹਨਾਂ ਨੂੰ ਆਤਮ ਸ਼ਕਤੀ ਮਿਲਦੀ ਹੈ, ਉਹ ਇਸ ਸਕੂਲ ਦੇ ਵਿੱਚ ਪ੍ਰਾਈਡ ਫੀਲ ਕਰਦੇ ਹਨ, ਔਰ ਜਿਹੜੇ ਉਹਨਾਂ ਦੇ ਮਾਂ ਪਿਓ ਹਨ ਉਹ ਵੀ ਆ ਕੇ ਦੇਖ ਕੇ ਜਦੋਂ ਦੰਗ ਰਹਿੰਦੇ ਹਨ, ਖੁਸ਼ ਹੁੰਦੇ ਹਨ, ਤਾਂ ਉਹਨਾਂ ਦੀ ਪੂਰੀ ਪੂਰੀ ਜਿਹੜੀ ਸੋਚ ਹੈ ਉਹ ਬਦਲੀ ਹੁੰਦੀ। ਭਗਤ ਪੂਰਨ ਸਿੰਘ ਜੀ ਕਿਆ ਕਰਦੇ ਸੀ, ਫਿਰ ਆਪਣੇ ਸਾਡੇ 'ਤੇ ਕਰਜ਼ਾ ਚਾੜਿਆ ਹੋਇਆ, ਸਾਨੂੰ ਵਧੀਆ ਦਿਮਾਗ ਦੇ ਕੇ, ਵਧੀਆ ਅੱਖਾਂ ਦੇ ਕੇ, ਵਧੀਆ ਕੰਨ ਦੇ ਕੇ, ਵਧੀਆ ਸਰੀਰ ਦੇ ਕੇ, ਅਸੀਂ ਉਹਦਾ ਕਰਜ਼ਾ ਤਾਂ ਹੀ ਉਤਾਰ ਸਕਦੇ ਹਾਂ ਜੇ ਅਸੀਂ ਉਹਨਾਂ ਲੋਕਾਂ ਲਈ, ਜਿੰਨਾ ਕੁਛ ਇਹ ਨਹੀਂ ਹੈਗਾ, ਉਹਨਾਂ ਲਈ ਕੁਛ ਕਰੀਏ।